ਰੁਕਿਆ ਪਿਆ ਸੀ ਬਿਜਲੀ ਦਾ ਕੰਮ, ਬਦਮਾਸ਼ ਘਰੋਂ ਚੁੱਕੇ ਲੈ ਗਏ ਇਲੈਕਟ੍ਰੀਸ਼ੀਅਨ। ਸੀਸੀਟੀਵੀ 'ਚ ਦੇਖੋ ਸਾਰੀ ਕਿਡਨੈਪਿੰਗ ਦੀ ਤਸਵੀਰਾਂ। ਤਾਂ ਦੱਸ ਦਈਏ ਕਿ ਇੱਕ ਇਲੈਕਟ੍ਰੀਸ਼ੀਅਨ ਜੋ ਕਿ ਆਪਣੇ ਘਰ ਦੇ ਵਿੱਚ ਆਰਾਮ ਕਰ ਰਿਹਾ ਸੀ, ਕੁਝ ਬਦਮਾਸ਼ ਆਉਂਦੇ ਨੇ ਉਸਨੂੰ ਘਰੋਂ ਕਿਡਨੈਪ ਕਰਕੇ ਲੈ ਗਏ। ਗਲੀ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਇਹ ਸਾਰੀ ਘਟਨਾ ਕੈਦ ਹੋਈ ਹੈ। ਤਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਦੀਆਂ, ਜਿੱਥੇ ਇਹ ਵਾਰਦਾਤ ਹੋਈ ਹੈ। ਦਿਨ ਦਿਹਾੜੇ ਇੱਕ ਇਲੈਕਟ੍ਰੀਸ਼ੀਅਨ ਨੂੰ ਅਗਵਾ ਕੀਤਾ ਗਿਆ ਹੈ। ਤਾਂ ਦੱਸ ਦਈਏ ਕਿ ਦੀਨਾ ਨਗਰ ਦੇ ਬੇਰੀਆਂ ਮੁਹੱਲੇ ਦੇ ਵਿੱਚ 6,000 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਕੁਝ ਵਿਅਕਤੀ ਅਨੇਕ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਵਾਲੇ ਨੌਜਵਾਨ ਗੁਰਜੀਤ ਸਿੰਘ ਨੂੰ ਗਲੀ ਦੇ ਵਿੱਚੋਂ ਅਗਵਾ ਕਰ ਲਿਆ ਅਤੇ ਕਿਡਨੈਪ ਕਰਕੇ ਉਸਨੂੰ ਇਹ ਬਦਮਾਸ਼ ਆਪਣੇ ਘਰ ਲੈ ਜਾਂਦੇ ਨੇ, ਜਿੱਥੇ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ, ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਪਰਿਵਾਰ ਦੇ ਵੱਲੋਂ ਆਪਣੇ ਮੁੰਡੇ ਦੀ ਜਾਨ ਬਚਾਉਣ ਦੇ ਲਈ ਮਦਦ ਮੰਗੀ ਗਈ ਪਰ ਕੋਈ ਵੀ ਸਾਹਮਣੇ ਨਹੀਂ ਆਇਆ। ਫਿਰ ਬਾਅਦ ਦੇ ਵਿੱਚ ਕੁਝ ਸਮਾਜ ਸੇਵੀ ਲੋਕਾਂ ਦੇ ਵੱਲੋਂ ਉਸ ਨੌਜਵਾਨ ਨੂੰ ਬਦਮਾਸ਼ਾਂ ਦੇ ਚੰਗਲ ਦੇ ਵਿੱਚੋਂ ਛੁਡਾਇਆ ਗਿਆ। ਦਰਅਸਲ ਇਹਨਾਂ ਦੋਹਾਂ ਧਿਰਾਂ ਦੀ ਕੁਝ ਪਹਿਲਾਂ ਵੀ ਗੱਲ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਰਾਜ਼ੀਨਾਮਾ ਕਰਵਾ ਕੇ ਪੈਸੇ ਦੇਣ ਦੀ ਜੋ ਉਧਾਰੀ 6,000 ਰੁਪਏ ਦੀ ਸੀ ਉਹ ਤਰੀਕ ਵੀ ਤੈਅ ਕੀਤੀ ਸੀ, ਪਰ ਫਿਰ ਵੀ ਬਦਮਾਸ਼ ਇਲੈਕਟ੍ਰੀਸ਼ੀਅਨ ਨੂੰ ਘਰੋਂ ਚੁੱਕ ਕੇ ਲੈ ਗਏ। ਆਓ ਹਸਪਤਾਲ ਦੇ ਵਿੱਚ ਇਲਾਜ ਅਧੀਨ ਇਸ ਇਲੈਕਟ੍ਰੀਸ਼ੀਅਨ ਦਾ ਕੀ ਕਹਿਣਾ ਹੈ, ਕਿਸ ਕਾਰਨ ਉਹਨਾਂ ਨੇ ਇਹ ਹਰਕਤ ਕੀਤੀ ਹੈ ਅਤੇ ਕਿਸ ਨੇ ਉਸਦਾ ਇਹ ਹਾਲ ਕੀਤਾ, ਕੀ ਨਾਮ ਆ ਉਹਨਾਂ ਬਦਮਾਸ਼ਾਂ ਦੇ, ਆਓ ਜਾਣਦੇ। ਗੁਰਜੀਤ ਸਿੰਘ ਹੈ ਜੀ। ਗੁਰਜੀਤ ਕੀ ਗੱਲਬਾਤ ਹੋ ਗਈ ਹੈ? ਗੱਲਬਾਤ ਕੁਛ ਨਹੀਂ ਹੋਈ ਜੀ, ਪਹਿਲਾਂ ਉਹਨਾਂ 'ਤੇ ਦਰਖਾਸਤ ਦਿੱਤੀ ਸੀ 7 ਤਰੀਕ ਦੀ, ਘਰ ਆ ਕੇ ਕੁੱਟ ਕੇ ਗਏ, ਠੀਕ ਨਹੀਂ, ਕੱਪੜੇ ਕੁਪੜੇ ਪਾ ਕੇ ਪਾੜ ਲਿਆ ਸੀ ਇਹਨਾਂ ਨੇ, ਅਤੇ ਹੁਣ ਇਹਨਾਂ ਨੇ ਦੇਖਿਆ ਮੈਂ ਇਕੱਲਾ ਹੀ ਆਇਆ ਕਰਦਾ, ਇਹਨਾਂ ਮੋਟਰਸਾਈਕਲ ਦੀ ਚਾਬੀ ਖੋ ਗਈ, ਅਤੇ 4 ਜਣੇ ਬਿੱਟੂ ਅਤੇ ਉਹਦੇ ਦੋਵੇਂ ਮੁੰਡੇ ਅਤੇ ਨਾਲ ਇੱਕ ਹੋਰ ਮੁੰਡਾ ਸੱਜੇ ਦਾ ਸੀ ਇਹਨਾਂ ਨੇ, ਉਹ ਚੁੱਕ ਕੇ ਲੈ ਗਏ ਘਰ। ਮੈਂ ਬਥੇਰਾ ਖੰਭੇ ਵੀ ਫੜੇ ਬਿਜਲੀ ਵਾਲੇ, ਦਰਵਾਜ਼ਾ ਵੀ ਕਿਸੇ ਦਾ ਫੜਿਆ, ਤਾਂ ਵੀ ਮੈਨੂੰ ਚੁੱਕ ਕੇ ਇਹਦੇ ਘਰ ਲੈ ਕੇ ਕੁੱਟਦੇ। ਉੱਥੇ ਜਾ ਕੇ ਇਹਨਾਂ ਨੇ ਪਹਿਲਾਂ ਪੁੱਠੀਆਂ ਕਰਪਾਨਾ ਮਾਰੀਆਂ, ਫਿਰ ਇਹਨਾਂ ਨੇ ਮੋਟਰਸਾਈਕਲ ਲਿਆ ਕੇ ਮੇਰੇ ਦਰਾਲ ਕੇ ਛੂ ਕਿੰਨਾ ਮਾਰਿਆ, ਸਾਡੇ ਘਰ ਦੇ ਆ ਕੇ ਛਡਾਉਣ ਲੱਗੇ, ਉਹਨਾਂ ਦੇ ਵੀ ਇਹਨਾਂ ਨੇ ਧੱਕੇ ਧੁੱਕੇ ਉਹਨਾਂ ਨੂੰ ਮਾਰੇ, ਬੰਦੂਕ ਉਹਨਾਂ ਦੇ ਲਾ ਕੇ। ਵਿਵਾਦ ਕਿਸ ਗੱਲ ਦਾ, ਕਿਹੜੀ ਗੱਲ ਤੋਂ ਲੜਾਈ ਹੋਈ ਹੈ? ਵਿਵਾਦ 6,000 ਦੇ ਪਿੱਛੇ ਜੀ, 6,000 ਸਵੇਰ 26,000 ਦੀ ਗੱਲ ਜੀ, ਅਤੇ 6,000 ਰੁਪਇਆ ਨੂੰ ਸਵੇਰੇ ਦੇਣਾ ਸੀ, 20,000 ਮੌਕੇ 'ਤੇ ਦੇ ਦਿੱਤਾ ਸੀ। ਕਾਹਦੇ ਪੈਸੇ ਜੀ? ਪ੍ਰੋਗਰਾਮ ਲਾਇਆ ਦਾ ਸੀ ਨਾ ਸੱਭਿਆਚਾਰ ਦਾ। ਅੱਛਾ ਜੀ। ਹਾਂਜੀ, ਉਹਦੇ ਹੀ ਪੈਸੇ, ਅਤੇ 6,000 ਸਵੇਰੇ ਉਹਨਾਂ ਨੇ ਗੂਗਲ ਪੇ ਕਰਨੀ ਸੀ, ਬਸ 19 ਗੱਲ ਦਾ ਸਬਰ ਨਹੀਂ ਕੀਤਾ ਬੰਦੇ ਨੇ। ਕੰਮ ਕੀ ਕਰਦੇ? ਮੇਰੀ ਦੁਕਾਨ ਆ ਇਲੈਕਟ੍ਰੋਨਿਕ ਰਿਪੇਅਰ ਦਾ ਹੀ ਕੰਮ ਕਰੀਦਾ, ਮਾੜਾ ਮੋਟਾ ਹੀ। ਤੇ ਜਦੋਂ ਤੁਹਾਨੂੰ ਮਾਰਿਆ ਕਿੰਨੇ ਕੁ ਜਣੇ ਸੀ ਉਹਨਾਂ ਨਾਲ? ਉਹ ਤਾਂ ਸਾਰੇ ਜਨਾਨੀਆਂ ਵੀ ਉਹਨਾਂ ਦੀ ਕੁੱਟੇ ਕਰਦੀਆਂ ਸੀ, ਬੰਦੇ ਵੀ ਸਾਰੇ ਰਲ ਕੇ। ਅੱਛਾ, ਹੁਣ ਕਿਹੜੀ ਸੱਟ ਗਏ, ਕਿਹੜੀ ਸੱਟ ਜ਼ਿਆਦਾ ਕਹਿ ਰਹੇ ਹੋ? ਕੀ ਮੇਰੇ ਰੀੜ ਦੀ ਹੱਡੀ 'ਚ ਹੈ ਨਾ, ਮੈਨੂੰ ਲੱਗੇ ਕੱਟਾਂ ਦੀ ਲੱਗ ਗਈ ਹੈ ਸਾਡਾ, ਅਤੇ ਮੋਢਾ ਜਿਹੜਾ ਉੱਤੇ ਉੱਤੇ ਲੱਗੇ ਕਹਿੰਦਾ ਲੈਫਟ ਵਾਲਾ। ਹੁਣ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ? ਹੁਣ ਜੋ ਕਾਰਵਾਈ ਕਰਾਂਗੇ ਪ੍ਰਸ਼ਾਸਨ, ਉਹ ਵੇਖ ਕੇ ਹੀ ਆ, ਮੈਡੀਕਲ ਕਰਾ ਕੇ ਫਿਰ ਜੇ ਹੋਏਗਾ। ਉੱਦਾਂ ਪਹਿਲਾਂ ਵੀ ਅਸੀਂ ਇੱਕ ਮੈਡੀਕਲ ਕਰਾਉਣ ਦਿੱਤੇ ਦਾ 7 ਤਰੀਕ ਦਾ, ਉਹਦੀ ਇਹ ਰਿਪੋਰਟ ਨਹੀਂ। ਅੱਛਾ, ਪਹਿਲਾਂ ਵੀ ਤੁਹਾਨੂੰ ਹੱਥੀ ਪਏ ਹੈ? ਹਾਂਜੀ, ਕੁੱਟਿਆ ਜੀ ਘਰ ਚੰਗੀ ਤਰ੍ਹਾਂ, ਉੱਦਣ ਵੀ ਦਿੱਤਾ ਰਿਹਾ ਇੱਕ ਮੈਡੀਕਲ, ਉਹਦੀ ਵੀ ਰਿਪੋਰਟ ਅਜੇ ਖਾਣੀ ਨਹੀਂ ਆਈ। ਠੀਕ ਹੈ ਵੀਰੇ, ਗੱਲਬਾਤ ਕੁਛ ਨਹੀਂ ਭਾਈ, ਇਹਨਾਂ ਨਾਲ ਪੈਸੇ ਦਾ ਲੈਣ ਦੇਣੀ, ਮੇਰਾ ਗਰੁੱਪ ਹੈ ਸੱਭਿਆਚਾਰ ਗਰੁੱਪ, ਅਤੇ ਗਰੁੱਪ ਦੇ ਵਿੱਚ ਇਹਨਾਂ ਨਾਲ ਲੈਣ ਦੇਣੀ ਨੂੰ ਕਿਹਾ ਵੀ ਪੈਸੇ ਦਵਾ, ਅਤੇ ਉੱਥੋਂ ਚਲ ਗਿਆ ਆ। ਉਸ ਤੋਂ ਬਾਅਦ ਇਹਨੂੰ ਅਸੀਂ ਇਹਦੇ ਘਰ ਗਏ ਨੇ, ਥੋੜ੍ਹਾ ਜਿਹਾ ਬਦਤਮੀਜ਼ੀ ਨਾਲ ਬੋਲਿਆ, ਇਹਦੇ ਲੋਡੀ ਦੇ, ਅਤੇ ਉਹਦੇ ਘਰ ਗਏ ਹਾਂ, ਇਹਨੇ ਬਦਤਮੀਜ਼ੀ ਬੋਲੀ, ਚਲੋ ਸਾਡੀ ਖਿੱਚੂ ਤੋਂ ਹੋਈ ਆ, ਮੈਂ ਵੀ ਦਰਖਾਸਤ ਦਿੱਤੀ, ਇਹਨੇ ਵੀ ਦਰਖਾਸਤ ਦਿੱਤੀ, ਠੀਕ ਹੈ ਜੀ। ਹੁਣ ਮੈਨੂੰ ਜਦੋਂ ਦਰਖਾਸਤ ਦਿੱਤੀ ਸਾਡੇ ਕੋਲ 750 ਦਾ ਪਰਚੇ ਦੋਨਾਂ 'ਤੇ ਹੋ ਗਿਆ, ਮੈਂ ਜਦੋਂ ਥਾਣੇ ਜਾਂਦਾ ਥਾਣੇ ਨਹੀਂ ਆਉਂਦਾ, ਚਲੋ ਮੇਰੀ ਇਹਦੇ ਨਾਲ ਹੁਣ ਫਿਰ ਲੜਾਈ ਹੋਈ ਆ। ਘਰੋਂ ਲੈ ਕੇ ਗਏ ਉਹਨੂੰ ਆਪਣੇ ਘਰ? ਨਹੀਂ ਭਾਅ ਜੀ। ਹਾਂਜੀ,
ਸਾਡੀ ਗਲੀ ਚ ਸੀ, ਗਲੀ ਸਾਡੀ ਲੜਾਈ ਹੋਈ, ਫਿਰ ਅਸੀਂ ਉਹਨੂੰ ਘਰ ਖੜਿਆ ਪਿਆ ਬਹਿ ਕੇ ਆਪਣੇ ਘਰ ਲੈ ਗਏ, ਪਹਿਲੇ ਕੁੱਟਿਆ ਫਿਰ ਘਰ ਲੈ ਗਏ, ਇਹ ਗੱਲ ਹੋਈ ਆ। ਹੁਣ ਭਾਜੀ ਮੈਨੂੰ ਵਿੱਚੋਂ ਪਤਾ ਲੱਗਣ ਡਿਆ, ਕਹਿੰਦੇ ਵੀ ਜੇ ਇਹਨੇ ਰਾਜੀਨਾਮਾ ਨਾ ਕੀਤਾ ਅਸੀਂ ਇਹਦਾ ਕਤਲ ਕਰਨਾ। ਮੇਰਾ ਕਤਲ ਕੱਲ ਪਰਸੋਂ ਹਫ਼ਤੇ ਨੂੰ ਹੋ ਜਾਵੇ। ਕੌਣ ਕਹਿੰਦਾ ਨਹੀਂ ਗੱਲ, ਜਿਹੜੇ ਇਹਨਾਂ ਦੇ ਨਾਲ ਬੰਦੇ ਆਏ ਆ। ਮੰਗ ਕੀ ਕਰਦੇ ਪ੍ਰਸ਼ਾਸਨ? ਮੰਗ ਭਾਜੀ ਇਹ ਪ੍ਰਸ਼ਾਸਨ ਕੋਲ ਕਰਦੇ ਆ, ਤੇ ਗੁੰਡਾ ਕਰਦੀ ਆ। ਜੇ ਮੈਂ ਕੀਤੀ ਆ, ਮੇਰੇ ਪੈਸੇ ਨਹੀਂ ਮਰੇ, ਮੇਰੇ ਕੋਲ ਗਲਤੀ ਹੋਈ, ਇਹਨਾਂ ਨੇ ਵੀ ਕੀਤੀ। ਹੁਣ ਮੈਨੂੰ ਧਮਕਿਆ ਵੀ ਜੇ ਇਹਨੇ ਰਾਜੀਨਾਮਾ ਨਾ ਕੀਤਾ ਮੈਂ ਭਾਜੀ ਇੱਕੋ ਕਾਰਵਾਈ ਕਰਦਾ ਕਿ ਉਹ ਬੰਦਾ ਇੱਕੋ ਫੋਨ ਤੇ ਪੈਸੇ ਦੇ ਦਿੰਦਾ ਤੇ ਸਾਡੀ ਲੜਾਈ ਨਹੀਂ ਲੱਗਣੀ, ਉਹਦੀ ਗਲਤੀ ਕੋਈ ਨਹੀਂ ਕੱਢਣੀ। ਪੈਸਿਆਂ ਦਾ ਕਿੰਨੇ ਦਿਨਾਂ ਦਾ ਟਾਈਮ ਮਿਲਿਆ ਸੀ ਤੁਹਾਨੂੰ? ਪਰ ਇਹ ਟਾਈਮ ਮੈਨੂੰ ਕਿਤੇ ਮਿਲਿਆ? ਮੈਨੂੰ ਤੇ ਉਹ ਬੰਦਾ ਮਿਲਿਆ ਹੀ ਨਹੀਂ, ਮਿਲਦਾ ਹੀ ਨਹੀਂ। ਪਰ ਕਹਿੰਦੇ ਨੇ ਕੱਲ ਦਾ ਟਾਈਮ ਸੀ ਪੈਸੇ ਦੇ। ਪਰ ਇਹ ਕੱਲ ਦਾ ਟਾਈਮ ਉਹਨਾਂ ਨੇ ਦਿੱਤਾ ਸੀ ਵੀ ਅਸੀਂ ਡਾਇਰੈਕਟ ਪਾਲਟੀ ਨੂੰ ਫੋਨ ਕੀਤਾ ਸੀ, ਠੀਕ ਹੈ ਜੀ। ਤੇ ਮੈਨੂੰ ਹੁਣ ਪ੍ਰੈਸ਼ਰ ਪਿਆ ਜਾਣ ਡਿਆ ਭਾਜੀ, ਹਾਲਾਤ ਦੇਖ ਲਓ। ਜੇ ਕੱਲ ਦਾ ਟਾਈਮ ਦਿੱਤਾ ਸੀ ਭਾਜੀ, ਮੈਨੂੰ ਨਹੀਂ ਪਤਾ ਮੈਨੂੰ ਟਾਈਮ ਦਿੱਤਾ ਸੀ ਦੂਜੀ ਪਾਲਟੀ ਨੇ, ਕਿਤੇ ਮੇਰਾ ਸੱਜਣ ਹੀ ਕੋਈ। ਹਾਂਜੀ, ਉਹ ਕਹਿੰਦੇ ਦਿਆਂਗੇ ਅਗਲੇ, ਉਹ ਵੀ ਮੁਕਰ ਗਏ, ਕਹਿੰਦੇ ਜੇ ਤੁਹਾਡਾ ਬੰਦਾ ਹੀ ਨਹੀਂ ਤੁਹਾਨੂੰ ਦੇਣ 'ਚ ਰਾਜੀ ਤਾਂ ਅਸੀਂ ਕੋਈ ਦਈਏ। ਠੀਕ ਹੈ, ਬਾਕੀ ਜੋ ਭਾਜੀ ਬਣਦੀ ਕਾਰਵਾਈ ਆ ਉਹ ਕਰੋ ਤੁਸੀਂ, ਮੇਰੇ ਤੇ ਵੀ ਕਰੋ, ਉੱਥੇ ਵੀ ਕਰੋ, ਮੇਰਾ ਤਾਂ ਡੋਡੀ ਦਾ ਮਸਲਾ ਆ। ਦਰਸ਼ਨ ਦਾ ਮੇਰੇ ਮਾਮਾ ਜੀ ਦਾ ਬੇਟਾ ਆ, ਠੀਕ ਹੈ ਜੀ। ਮੈਨੂੰ ਜਦੋਂ ਪਰ ਇਹ ਇਸ ਬੰਦੇ ਨੂੰ ਕੱਲ੍ਹ ਦੀ ਗੱਲਬਾਤ, ਇਹਨਾਂ ਦਾ ਕੋਈ 5-6 ਹਜ਼ਾਰ ਦਾ ਲੈਣ ਦੇਣੀ, ਉਹ ਡੀਜੇ ਦੀ ਸਾਈਜ਼ ਹੋਈ, ਉਹ ਸਾਈਜ਼ ਡੀਜੇ ਦੀ ਜਿਹੜਾ ਕੰਮ ਕਰਦਾ, ਇਹਨੇ ਜਦੋਂ ਕੱਲ੍ਹ ਨੂੰ ਕਹਿ ਦਿੱਤਾ ਵੀ ਅਸੀਂ ਦੇ ਦਿਆਂਗੇ। ਉਸ ਤੋਂ ਬਾਵਜੂਦ ਪਰਸੋਂ ਵੀ ਇਹਦੇ ਕਿਤੇ ਕੱਪੜੇ ਕੁੱਪੜੇ ਪਾੜੇ, ਪਰ ਚਲੋ ਉਹ ਗੱਲ ਜ਼ਿਆਦਾ ਅਜਿਹੀ ਹੋਈ। ਉਸ ਤੋਂ ਬਾਅਦ ਅੱਜ ਇਹ ਜਿਹੜਾ ਕੀ ਨਾਂ ਸੀ ਇਹਦਾ ਮੁੰਡੇ ਦਾ, ਬਿੱਟੂ, ਬਿੱਟੂ ਬੇਰੀਆ ਮਹੱਲੇ ਤੋਂ, ਉਹ ਅਤੇ ਉਹਦੇ ਮੁੰਡੇ ਅਤੇ ਨਾਲ ਹੋਰ ਹੀ 3-4 ਮੁੰਡੇ ਇਹਨੂੰ ਗਲੀ 'ਚ ਬਾਹਰੋਂ ਚੁੱਕ ਕੇ, ਇਹਦੇ ਘਰ ਦੀ ਇਹਦੀ ਦੁਕਾਨ ਆ, ਉਹਦੀ ਟੀ ਵੀ ਟੂਵੀ ਠੀਕ ਕਰਦਾ, ਉੱਥੋਂ ਚੁੱਕ ਕੇ ਲੈ ਗਏ ਘਰ, ਲੈ ਕੇ ਗਏ ਆਪਣੇ ਉੱਥੇ ਕਿਰਪਾਨਾਂ ਦੇ ਨਾਲ, ਉਹਦੇ ਨਾਲ ਮਾਰਿਆ ਇਹਨੂੰ ਕਿਰਪਾਨਾਂ ਨਾਲ, ਬੇਸਬਾਲ ਹੀ ਪਤਾ ਨਹੀਂ ਕਿਹੜੀ ਕਿਹੜੀ ਚੀਜ਼ਾਂ ਦੇ ਨਾਲ ਮਾਰਿਆ। ਉਹਦੇ ਜਨਾਨੀਆਂ ਘਰ ਦੀ ਇਹਦੀ ਮਾਤਾ ਇਹ ਸਾਰੀਆਂ ਜਾ ਕੇ, ਉਹ ਮਹੱਲੇ ਮੁਹੱਲੇ ਵਾਲਿਆਂ ਜਾ ਕੇ ਬੜੀ ਮੁਸ਼ਕਿਲ ਚਲਾਇਆ। ਤੁਸੀਂ ਵੀਡੀਓ ਬਣਾਈ, ਇਹਦੀ ਪਿੱਠ 'ਤੇ ਦੇਖਿਆ ਕਿੱਦਾਂ ਦੇ, ਇਹਦੀ ਰੀੜ੍ਹ ਦੀ ਹੱਡੀ ਦੇ ਵਿੱਚ ਦਰਦ ਹੋ ਰਹੀ ਹੈ ਬਹੁਤ ਜ਼ਿਆਦਾ। ਉਹ ਵੀ ਦਾਖਲ ਹੋਇਆ, ਕਹਿੰਦਾ ਮੇਰੇ ਵੀ ਮਾਰਿਆ ਮੁਰਿਆ। ਉਹਦੇ ਚੰਗਾ ਭਲਾ ਇੱਥੇ ਗੱਲਾਂ ਬਾਤਾਂ ਬੈਸ ਘੰਟਾ ਸਾਡੇ ਨਾਲ, ਇਹ ਵੀ ਬਾਰੀ ਆ, ਤੁਸੀਂ ਉਹਦੀ ਵੀਡੀਓ ਤੁਹਾਡੇ ਸਾਹਮਣੇ ਆ ਜਾਏਗੀ। ਹਰਜਿੰਦਰ ਸਿੰਘ ਰਿਪੋਰਟਰ ਨੇ ਉਹਦੀ ਬਣਾਈ ਆ, ਚੰਗੀ ਭਲੀਆਂ ਗੱਲਾਂ ਬਾਤਾਂ ਕੀਤੀਆਂ। ਤੁਸੀਂ ਕੀ ਮੰਗ ਕਰਦੇ ਹੋ ਭਾਜੀ ਪ੍ਰਸ਼ਾਸਨ? ਅਸੀਂ ਪ੍ਰਸ਼ਾਸਨ ਕੋਲ ਮੰਗ ਕਰਨੇ ਆ ਇਨਸਾਫ ਚਾਹੀਦਾ, ਉਹਨੂੰ ਸਖ਼ਤ ਤੋਂ ਸਖ਼ਤ ਉਹਨੂੰ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਠੀਕ ਹੈ ਭਾਜੀ। ਜਿਹੜਾ ਇਹਨਾਂ ਮਾਰਿਆ ਕਿੰਨੇ ਜਾਣੇ ਸੀ ਜਿਨ੍ਹਾਂ ਇਹਨੂੰ ਕੁੱਟਿਆ ਮੁੰਡੇ ਨੂੰ? ਉਹ ਇਹਨਾਂ ਦੇ ਘਰ ਦੇ ਕਹਿਣ ਦੇ ਮੁਤਾਬਕ, ਮੈਂ ਉੱਥੇ ਨਹੀਂ ਹੈਗਾ, ਫਿਰ ਅਸੀਂ ਤੇ ਸੰਸਥਾ ਨੂੰ ਫੋਨ ਕਰਕੇ ਤੇ ਇਹਨੂੰ ਛੁਡਾਇਆ ਜਾ ਕੇ ਬੜੀ ਮੁਸ਼ਕਿਲ। ਹੁਣ ਕਿੱਥੇ ਲੈ ਕੇ ਚੱਲੇ ਇਹਨੂੰ? ਹੁਣ ਇੱਥੇ ਅਸੀਂ ਤੇ ਦੀਨਾਗਰ ਸਿੰਘਵਾਲਾ ਹਸਪਤਾਲ ਤੋਂ ਰੈਫਰ ਕੀਤਾ ਹੈ ਗੁਰਦਾਸਪੁਰ।